ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਸਾਬਕਾ ਸੀਐਮ ਚਰਨਜੀਤ ਚੰਨੀ ਦਾ ਕਰਾਰਾ ਜਵਾਬ ਪ੍ਰੈਸ ਕਾਨਫਰੰਸ ਕਰਕੇ ਸਾਰੇ ਹੀ ਤੱਤ ਕਰ ਦਿੱਤੇ ਸਾਫ ਜੀ ਹਾਂ ਤੁਹਾਨੂੰ ਦੱਸਦੀ ਕਿ ਬਿੱਤੇ ਕੁਝ ਦਿਨਾਂ ਤੋਂ ਇੱਕ ਮਾਮਲਾ ਸਰਕਾਰ ਦੇ ਵਿੱਚ ਬੜਾ ਹੀ ਗਰਮਾਇਆ ਹੋਇਆ ਜਿੱਥੇ ਸੀਐਮ ਭਗਵੰਤ ਮਾਨ ਤੇ ਸਾਬਕਾ ਸੀਐਮ ਚਰਨਜੀਤ ਚੰਨੀ ਆਮੋ ਸਾਹਮਣੇ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਅਸੀਂ ਜਾਣਦੇ ਆ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਕੁਝ ਦਿਨ ਪਹਿਲਾਂ ਇੱਕ ਟਵੀਟ ਸਾਂਝਾ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਸਾਬਕਾ ਸੀਐਮ ਚਰਨਜੀਤ ਚੰਨੀ ਨੂੰ ਅਲਟੀਮੇਟਮ ਦਿੱਤਾ ਸੀ ਤੇ ਕਿਹਾ ਸੀ ਕਿ 31 ਮਾਰਚ 2 ਵਜੇ ਤੱਕ ਦਾ ਸਮਾਂ ਆਪਣੇ ਭਤੀਜੇ ਭਾਂਜਾ ਨੂੰ ਇਕੱਠਾ ਕਰਕੇ ਪੁੱਛ ਲਓ ਕਿ ਕਿਸ ਨੇ ਕਿਸ ਲਈ ਕਿਸ ਤੋਂ ਜਿਹੜਾ ਨੌਕਰੀ ਦੇ ਲਈ ਰਿਸ਼ਵਤ ਦੀ ਮੰਗ ਕੀਤੀ ਸੀ ਸੋ ਮਾਮਲਾ ਜਿਹੜਾ ਕਾਫੀ ਗਰਮਾ ਗਿਆ ਸੀ ਜਿੱਥੇ ਬਿੱਤੇ ਦਿਨੀਂ ਭਗਵੰਤ ਮਾਨ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਵੇਂ ਕਿ ਉਹਨਾਂ ਨੇ ਕਿਹਾ ਸੀ ਕਿ 31 ਮਈ ਤੋਂ ਬਾਅਦ ਜਿਹੜਾ ਹੈ ਉਹ 31 ਤਰੀਕ ਤੋਂ ਬਾਅਦ 2 ਵਜੇ ਜਿਹੜਾ ਮੈਂ 31 ਤਰੀਕ 2 ਵਜੇ ਮੈਂ ਪ੍ਰੈਸ ਕਾਨਫਰੰਸ ਕਰਾਂਗਾ ਤਾਂ ਅਜਿਹਾ ਹੀ ਹੁੰਦਾ ਹੋਇਆ ਦਿਖਾਈ ਦੇ ਰਿਹਾ ਸੀ ਜਿਵੇਂ ਕਿ ਸਾਬਕਾ ਸੀਐਮ ਚਰਨਜੀਤ ਚੰਨੀ ਨੇ ਕਿਹਾ ਸੀ ਕਿ ਮੇਰੇ ਸਾਹਮਣੇ ਖਿਡਾਰੇ ਵੀ ਲਿਆਓ ਤਾਂ ਸੀਐਮ ਭਗਵੰਤ ਮਾਨ ਖਿਡਾਰੇ ਵੀ ਲਿਆਏ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਦਿਖਾਈ ਦੇ ਰਿਹਾ ਹੈ ਜਿੱਥੇ ਚਲੰਜੀਤ ਸਿੰਘ ਚੰਨੀ ਦੇ ਵੱਲੋਂ ਸਾਰੇ ਤੱਤ ਸਾਫ਼ ਕੀਤੇ ਗਏ ਨੇ ਪਹਿਲਾ ਤਾਂ ਜਿਸ ਭਤੀਜੇ ਦੇ ਉੱਤੇ ਦੋਸ਼ ਲਗਾਏ ਜਾ ਰਹੇ ਸੀ ਉਹਨਾਂ ਨੂੰ ਵੀ ਚਲੰਜੀਤ ਚੰਨੀ ਆਪਣੇ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਬਿਠਾਉਂਦੇ ਨੇ ਤੇ ਉਸ ਨੂੰ ਕਹਿੰਦੇ ਨੇ ਕਿ ਇਹੇ ਵੀ ਡਾਕਟਰ ਹੈ ਇਸ ਦੇ ਮਾਤਾ ਪਿਤਾ ਵੀ ਡਾਕਟਰ ਨੇ ਇਸ ਦਾ ਭਰਾ ਵੀ ਡਾਕਟਰ ਹੈ ਤਾਂ ਇਹ ਪਹਿਲੀ ਗੱਲ ਅਜੇ ਹੀ ਹਰਕਤ ਕਰ ਹੀ ਨਹੀਂ ਸਕਦੇ ਦੂਸਰੀ ਗੱਲ ਇਹ ਹੈ ਕਿ ਮੈਂ ਇਹ ਗੱਲ ਨਹੀਂ ਕਹਿ ਸਕਦਾ ਕਿ ਮੇਰੇ ਭਤੀਜੇ ਕੋਲੋਂ ਜਾ ਕੇ ਨੌਕਰੀ ਮੰਗੋ ਇਹੀ ਨੌਕਰੀ ਨਹੀਂ ਵੰਡਦੇ ਫਿਰਦੇ ਤੇ ਜੇਕਰ ਖਿਡਾਰੀ ਦੀ ਗੱਲ ਕਰੀਏ ਤਾਂ ਹਾਈ ਕੋਰਟ ਦੇ ਵਿੱਚੋਂ ਉਸ ਦਾ ਕੇਸ ਜਿਹੜਾ ਹੈ ਖਾਰਜ ਕੀਤਾ ਗਿਆ ਸਾਰੇ ਪਾਸੇ ਉਸ ਨੂੰ ਨਾਂ ਮਿਲ ਚੁੱਕੀ ਹੈ ਹਾਲਾਂਕਿ ਉਸ ਖਿਡਾਰੀ ਦਾ ਇਹ ਵੀ ਕਿਹਾ ਸੀ ਕਿ ਮੈਂ ਜਿਹੜਾ ਕੈਪਟਨ ਸਾਹਿਬ ਕੋਲ ਵੀ ਗਿਆ ਸੀ ਪਰ ਉਸ ਤੋਂ ਬਾਅਦ ਉਹਨਾਂ ਦੀ ਸਰਕਾਰ ਜਿਹੜੀ ਹੈ ਬਦਲ ਜਾਂਦੀ ਹੈ ਫਿਰ ਮੈਂ ਚਰਨਜੀਤ ਚੰਨੀ ਕੋਲ ਜਾਂਨਾ ਤਾਂ ਮੇਰੇ ਤੋਂ ਪੈਸੇ ਮੰਗੇ ਜਾਂਦੇ ਨਹੀਂ ਯਾਨੀ ਕਿ ਰਿਸ਼ਵਤ ਮੰਗੀ ਜਾਂਦੀ ਹੈ ਤੇ ਹੁਣ ਸੀਐਮ ਭਗਵੰਤ ਮਾਨ ਦੇ ਕੋਲ ਜਾ ਕੇ ਡੇਢ ਸਾਲ ਹੋ ਗਿਆ ਕਿਉਂ ਨਹੀਂ ਕੁਝ ਬਣਿਆ ਜੀ ਹਾਂ ਤੁਹਾਨੂੰ ਦੱਸਦੀ ਕਿ ਸਾਬਕਾ ਸੀਐਮ ਚਰਨਜੀਤ ਚੰਨੀ ਦੇ ਵੱਲੋਂ ਸਿੱਧਾ ਇਹ ਸਵਾਲ ਜਨੇ ਨੇ ਉਹ ਖੜੇ ਕਿਤੇ ਗਏ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸੀਐਮ ਭਗਵੰਤ ਮਾਨ ਸਿਰਫ ਦੋਸ਼ ਲਗਾ ਰਹੇ ਨੇ ਸਿਰਫ ਇੱਕ ਦੋਸ਼ ਲਗਾ ਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀਆਂ ਨੂੰ ਤਾਂ ਜੋ ਸੀਐਮ ਭਗਵੰਤ ਮਾਨ ਦੀ ਸਥਿਤੀ ਜਿਹੜੀ ਆ ਉਹ ਸਟੇਬਲ ਰਹੇ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਚਰਨਜੀਤ ਚੰਨੀ ਦਾ ਕਹਿੜਾ ਹੈ ਕਿ ਸੀਐਮ ਭਗਵੰਤ ਮਾਨ ਇਹ ਸਾਰੀ ਸਿਆਸਤ ਖੇਡ ਰਿਹਾ ਹੈ ਕਿਉਂਕਿ ਅਜੇ ਹਾਂ ਕੁਝ ਹੋਇਆ ਹੀ ਨਹੀਂ ਖਿਡਾਰੀ ਖਿਡਾਰੀ ਵੱਲੋਂ ਸਾਰਾ ਕੁਝ ਝੂਠ ਕਿਹਾ ਜਾ ਰਿਹਾ ਹੈ ਅਜੇ ਹਾਂ ਕੁਝ ਵੀ ਨਹੀਂ ਹੋਇਆ ਜਿੱਕਰ ਕੋਰਟ ਦੇ ਵਿੱਚੋਂ ਵੀ ਇਸ ਦਾ ਕੇਸ ਖਾਰਜ ਹੋ ਗਿਆ ਕੈਪਟਨ ਸਾਹਿਬ ਨੇ ਵੀ ਇਸ ਦਾ ਕੇਸ ਨਹੀਂ ਲਿਆ ਉਨਾਂ ਨੇ ਵੀ ਜਿਹੜਾ ਉਹਨਾਂ ਦੀ ਸਰਕਾਰ ਬਦਲ ਗਈ ਨੌਕਰੀ ਦੇਣ ਤੋਂ ਪਹਿਲਾਂ ਹੀ ਮੇਰੇ ਕੋਲ ਆਇਆ ਤਾਂ ਮੈਂ ਚਲੋ ਠੀਕ ਹੈ ਮੈਂ ਕਹਤਾ ਕਿ ਮੇਰੇ ਭਤੀਜੇ ਤੋਂ ਲੈ ਲਓ ਨੌਕਰੀਆਂ ਤਾਂ ਹੁਣ ਜਿਹੜੇ ਸੀਐਮ ਭਗਵੰਤ ਮਾਨ ਨੇ ਉਹ ਕਿਉਂ ਨਹੀਂ ਦਿਵਾਏ ਨੌਕਰੀਆਂ ਸੀਐਮ ਭਗਵੰਤ ਮਾਨ ਨੇ ਸ਼ਰਤ ਰੱਖੀ ਹੈ ਕਿ ਜੇਕਰ ਚੰਨੀ ਨੂੰ ਬਦਨਾਮ ਕਰੋਗੇ ਤਾਂ ਤੁਹਾਨੂੰ ਨੌਕਰੀ ਦੇ ਦਾਂਗਾ ਤਾਂ ਤੁਹਾਡੀ ਨੌਕਰੀ ਪੱਕੀ ਹੈ ਇਹ ਸਾਰੀ ਆ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਅਖਰ ਪੂਰਾ ਸੱਚ ਕੀ ਹੈ ਇਹ ਹਲੇ ਵੀ ਸਾਨੂੰ ਨਹੀਂ ਪਤਾ ਪਰ ਜਿਹੜਾ ਸਿਲਸਿਲਾ ਉਹ ਜਾਰੀ ਹੈ ਲਗਾਤਾਰ ਮਾਮਲਾ ਜਿਹੜਾ ਉਹ ਗਰਮਾਂਦਾ ਜਾ ਰਿਹਾ ਸੋ ਇੱਕ ਵਾਰ ਤੁਸੀਂ ਵੀ ਜ਼ਰੂਰ ਦੱਸੋ ਕਿ ਇਸ ਮਾਮਲੇ ਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਆਖਰ ਇਸ ਦੇ ਵਿੱਚ ਦੋਸ਼ੀ ਕੌਣ ਹੈ ਜਾਂ ਫਿਰ ਇਹ ਸਾਰੀ ਸਿਆਸਤ ਹੀ ਖੇਡੀ ਜਾ ਰਹੀ ਹੈ